देश भर में स्वतंत्रता दिवस देशवासियों ने बड़े ही धूमधाम से मनाया। वहीं लुधियाना की संस्था बिच दुनिया सेवा कमाइए श्री सतगुरु दिलीप सिंह जी की प्रेरणा से 300 के करीब जुग्गी झोपड़ी में रह रहे बच्चों के साथ संस्था ने 15 अगस्त व सावन की तीज का त्यौहार बड़ी ही धूमधाम से मनाया। इस मौके पर बच्चों द्वारा रंगारंग कार्यक्रम भी पेश किए गए। वहीं झंडा फहराने की रस्म एक गरीब हैंडीकैप्ड बच्चे द्वारा अदा की गई। ਸਤਿਗੁਰੂ ਦਲੀਪ ਸਿੰਘ ਜੀ ਦੇ ਹੁਕਮ ਦੇ ਨਾਲ ਉਹਨਾਂ ਤੋਂ ਸਿੱਖਿਆ ਲੈ ਕੇ ਅਸੀਂ ਝੁੱਗਿਆਂ ਵਿੱਚ ਪੜ੍ਹਾਉਣਾ ਸ਼ੁਰੂ ਕੀਤਾ। ਪਿਛਲੇ 1.5 ਸਾਲ ਤੋਂ ਸਾਡੀਆਂ 2 ਕਲਾਸਾਂ ਚੱਲ ਰਹੀਆਂ ਨੇ। ਸਾਡੇ ਕੋਲ 250 ਦੇ ਕਰੀਬ ਬੱਚੇ ਪੜ੍ਹ ਰਹੇ ਨੇ। ਹੁਣ ਇਹਨਾਂ ਬੱਚਿਆਂ ਨੂੰ ਅਸੀਂ 15 ਅਗਸਤ ਦਾ ਅਤੇ ਤੀਆਂ ਦਾ ਤਿਉਹਾਰ ਇਕੱਠਾ ਮਨਾ ਰਹੇ ਹਾਂ। ਇਹਨਾਂ ਦੇ ਵਿੱਚ ਦੇਸ਼ ਪ੍ਰੇਮ ਦੀ ਭਾਵਨਾ ਭਰਨ ਦੇ ਲਈ ਅਸੀਂ ਇਹੋ ਜਿਹੇ ਉਪਰਾਲੇ ਕਰ ਰਹੇ ਹਾਂ ਅਤੇ ਹੋਰ ਇੱਕ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਅਸੀਂ ਇਹਨਾਂ ਨੂੰ ਖੇਡਾਂ ਵੀ ਕਰਾਈਆਂ। ਡੰਗ ਸਾਹਿਬ ਆਏ ਨੇ, ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਇਹਨਾਂ ਨੂੰ 2 ਵਾਰੀ ਸਿਨੇਮਾ ਹਾਲ 'ਚ ਫਿਲਮਾਂ ਵੀ ਦਿਖਾਉਣ ਲੈ ਕੇ ਗਏ ਤਾਂ ਕਿ ਇਹਨਾਂ ਦੇ ਵਿੱਚ ਵੀ ਸਮਾਨਤਾ ਦੀ ਭਾਵਨਾ ਆਵੇ ਅਤੇ ਇਹ ਸਮਾਜ ਦਾ ਜਿਹੜਾ ਪਿਛੜਿਆ ਅੰਗ ਹੈ ਇਹ ਸਮਾਜ ਦੇ ਨਾਲ ਜੁੜ ਸਕੇ ਅਤੇ ਇਹਨਾਂ ਬੱਚਿਆਂ ਦੇ ਵਿੱਚੋਂ ਹੀ ਕਾਬਿਲ ਬੱਚੇ ਅੱਗੇ ਨਿਕਲ ਸਕਣ ਅਤੇ ਇਹਨਾਂ ਨੂੰ ਵੀ ਉਹ ਮੌਕੇ ਮਿਲ ਸਕਣ ਜੋ ਸਾਡੇ ਆਪਣੇ ਬੱਚਿਆਂ ਨੂੰ ਕਾਨਵੈਂਟ ਸਕੂਲਾਂ 'ਚ ਪੜ੍ਹਦਿਆਂ ਨੂੰ ਮਿਲਦੇ ਨੇ। ਸਾਡੀ ਇਹ ਕੋਸ਼ਿਸ਼ ਹੈ ਜੀ। ਰਹਿੰਦੇ ਹੈਗੇ ਹਰਪ੍ਰੀਤ ਮੈਡਮ ਸਾਨੂੰ ਪੜ੍ਹਾਉਂਦੀ ਹੈਗੀ ਅਤੇ ਮੇਰਾ ਭਰਾ ਹੈਗਾ ਇੰਨੇ ਝੰਡਾ ਲੈ ਰਿਹਾ ਹੈਗਾ ਅੱਜ ਅਤੇ ਮੈਨੂੰ ਬਹੁਤ ਖੁਸ਼ੀ ਹੈਗੀ। ਅੱਛਾ, ਆਪ ਵੈਸੇ ਕੀ ਕੰਮ ਕਰਦੇ ਹੋ? ਹਮ ਕਬਾੜ ਉਠਾਤੇ। आपको अच्छा लगता है जब मैं आपका भाई पढ़ता है तो? मेरे को बहुत अच्छा लगता है, हमारा भाई पढ़ता है बहुत अच्छा है, हमारे को लग रहा है। सारी कापियाँ भी दे रहे, पेंसिला भी दे रहे, खाना पीना भी आता है उधर से। सिलाई आप भी पढ़ रहे हो? हम भी पढ़ रहे हैं, सिलाई भी सीखना चाहते हैं। क्या बनना चाहते हो अभी? आपका भाई क्या बनना चाहते हैं? क्योंकि यहाँ से निकल कर क्या करना चाहते हो? डॉक्टर बनना चाहता है। लुधियाना से जागृति लहर के लिए विपिन जवाहर की रिपोर्ट।